ਤੁਸੀਂ ਭੀੜ ਵਿੱਚ ਜਿੱਥੇ ਵੀ ਮਰਜ਼ੀ ਬੈਠੇ ਹੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਯਿਸੂ ਮਸੀਹ ਦੀ ਅੱਖ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਦੇਖ ਰਹੀ ਹੈ। ਅੱਜ ਯਿਸੂ ਮਸੀਹ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਕਿੰਨੇ ਪਾਪ ਕਰਕੇ ਆਇਆ ਹੈ, ਅਤੇ ਉਹ ਕਹਿ ਰਹੇ ਹਨ ਤੇਰੇ ਸਾਰੇ ਪਾਪ ਮਾਫ ਕੀਤੇ ਜਾ ਰਹੇ ਹਨ, ਪਰ ਅੱਗੇ ਤੋਂ ਪਾਪ ਨਾ ਕਰੀ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ।